ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋਅ। ਤੁਹਾਡਾ ਮੇਰਾ ਸਾਥ ਹੁੰਦਾ ਹੈ ਮੰਡੇ ਟੂ ਫਰਾਈਡੇ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ ਦੋ ਵਾਰੀ ਸਾਂਝ ਪਾਉਂਦੇ ਹਾਂ ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਇਹਨਾਂ ਪ੍ਰੋਗਰਾਮਸ ਵਿੱਚ ਅਸੀਂ ਉਹ ਇਸ਼ੂਜ਼ ਨੂੰ ਲੈ ਕੇ ਆਉਂਦੇ ਹਾਂ ਜਿਸ ਦੇ ਨਾਲ ਕਿ ਤੁਹਾਨੂੰ ਇਨਫੋਰਮ ਕਰ ਸਕੀਏ, ਐਜੂਕੇਟ ਕਰ ਸਕੀਏ, ਤਾਂ ਕਿ ਤੁਸੀਂ ਇੰਪਾਵਰ ਹੋ ਸਕੋ। ਹਾਲ ਹੀ ਵਿੱਚ ਮੈਂ ਪੰਜਾਬ ਗਿਆ ਸੀ ਅਤੇ ਉੱਥੇ ਜਾ ਕੇ ਡਾਕਟਰ ਇੰਦਰਜੀਤ ਕੌਰ, ਜਿਹੜੇ ਕਿ ਪਿੰਗਲਵਾੜੇ ਦੇ ਸਮੇਂ ਬਾਣੀ ਹਨ, ਉਹਨਾਂ ਨਾਲ ਕੀਤੀ ਗੱਲਬਾਤ। ਪਿੰਗਲਵਾੜਾ ਦੇ ਵਿੱਚ ਤਕਰੀਬਨ ਇਸ ਸਮੇਂ 1700 ਤੋਂ ਵੱਧ ਲੋਕ ਜਿਹੜੇ ਹਨ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਕਿ ਫਿਜ਼ੀਕਲੀ ਹੈਂਡੀਕੈਪਡ, ਮੈਂਟਲੀ ਡਿਸੇਬਲਡ ਬੱਚੇ, ਔਰਤਾਂ ਅਤੇ ਬਜ਼ੁਰਗ ਹਨ। ਇਸ ਸੰਸਥਾ ਵੱਲੋਂ ਕੁਝ ਚੇਂਜਸ ਲਿਆਉਂਦੇ ਜਾ ਰਹੇ ਨੇ ਜਿਸ ਨਾਲ ਕਿ ਸਮੇਂ ਦੇ ਨਾਲ ਨਾਲ ਟੈਕਨੋਲੋਜੀ ਦੀ ਇਸਤੇਮਾਲ ਕਰਕੇ ਸਹੀ ਤਰੀਕੇ ਨਾਲ ਲੋਕਾਂ ਦੇ ਰਹੀ ਅਤੇ ਜਿਹੜੇ ਮਰੀਜ਼ ਹਨ ਉਹਨਾਂ ਦਾ ਸਹੀ ਦੇਖਭਾਲ ਕੀਤਾ ਜਾਵੇ। ਆਓ ਕਰਦੇ ਹਾਂ ਪੇਸ਼ ਤੁਹਾਡੇ ਸਾਹਮਣੇ ਡਾਕਟਰ ਇੰਦਰਜੀਤ ਕੌਰ ਨਾਲ ਕੀਤੀ ਗਈ ਗੱਲਬਾਤ। ਡਾਕਟਰ ਇੰਦਰਜੀਤ, ਕਾਫੀ ਇਸ ਲੰਬੇ ਸਮੇਂ ਤੋਂ ਹੁਣ ਤੁਸੀਂ ਪਿੰਗਲਵਾੜੇ ਨਾਲ ਐਸੋਸੀਏਟਡ ਹੋ, ਭਗਤ ਪੂਰਨ ਸਿੰਘ ਜੀ ਦੇ ਨਾਲ ਸ਼ੁਰੂਆਤ ਹੋਈ, ਉਸ ਤੋਂ ਬਾਅਦ ਬਹੁਤ ਸਾਰੇ ਚੈਲੇਂਜਸ ਤੋਂ ਬਾਅਦ ਅੱਜ ਤੁਸੀਂ ਪਿੰਗਲਵਾੜੇ ਨੂੰ ਇਸ ਸਥਿਤੀ 'ਤੇ ਲੈ ਕੇ ਆਏ ਹੋ ਜਿੱਥੇ ਕਿ ਦੁਨੀਆ ਭਰ ਵਿੱਚ ਇਹ ਸੰਸਥਾ ਜਾਣੀ ਜਾਂਦੀ ਹੈਗੀ। ਸੋ ਉਹਦੇ ਬਾਰੇ ਅੱਜ ਦੱਸੋ ਕਿ ਜਿਹੜੇ ਲੇਟੈਸਟ ਤੁਸੀਂ ਇੱਥੇ ਕੁਝ ਰਿਫੋਰਮਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ, ਅਤੇ ਕਿਸ ਤਰੀਕੇ ਨਾਲ ਅੱਜ ਕਿਹੜੇ ਚੈਲੇਂਜਸ ਨੇ ਅਤੇ ਕਿਹੜੀਆਂ ਮੇਜਰ ਅਚੀਵਮੈਂਟਸ ਨੇ? ਸਭ ਤੋਂ ਪਹਿਲਾਂ ਕਿਉਂਕਿ ਮੇਰੇ ਡਾਕਟਰੀ ਪ੍ਰੋਫੈਸ਼ਨਲ ਸੰਬੰਧ ਹੋਣ ਕਰਕੇ ਮੈਂ ਇੱਥੇ ਨਰਸਿੰਗ ਸਟਾਫ ਰੱਖਿਆ। ਪਹਿਲਾਂ ਤਾਂ ਕੋਈ ਨਰਸਿੰਗ ਸਟਾਫ ਨਹੀਂ ਹੁੰਦਾ ਸੀ। ਜਿਹੜੇ ਜ਼ਿਆਦਾ ਮਰੀਜ਼ ਆ ਸਾਡੇ ਕੋਲ, ਉਹਨਾਂ ਨੂੰ ਰੈਗੂਲਰ ਮੈਡੀਸਨ ਚਾਹੀਦੀ ਹੈ। ਐਪੀਲੈਪਸੀ ਦੇ ਹੈ, ਸਾਈਕੈਟ੍ਰਿਕ ਪੇਸ਼ੈਂਟ ਹੈ, ਮੈਨ ਹੈ, ਵੀਮੈਨ ਹੈ, ਮੈਂਟਲੀ ਟਾਰਡਿਡ ਵੀ ਹੈਗੇ ਆ ਜਿਹਨੂੰ ਸਪੈਸ਼ਲ ਬੱਚੇ ਕਿਹਾ ਜਾਂਦਾ। ਕਈਆਂ ਬੱਚਿਆਂ ਨੂੰ ਰੈਗੂਲਰ ਮੈਡੀਸਨ ਚਾਹੀਦੀ ਹੁੰਦੀ ਸੀ, ਟਾਈਮ ਸਿਰ ਚਾਹੀਦੀ ਹੁੰਦੀ ਸੀ। ਜਿਹੜੀ ਅਨਪੜ੍ਹ ਬੀਬੀਆਂ ਸੇਵਾਦਾਰੀਆਂ ਹੁੰਦੀਆਂ ਸੀ, ਉਹਨਾਂ ਨੂੰ ਵੀ ਦਵਾਈ ਦੀ ਸਮਝ ਨਹੀਂ ਸੀ। ਇਸ ਕਰਕੇ ਫਿਰ ਸਭ ਤੋਂ ਪਹਿਲਾਂ ਨਰਸਿੰਗ ਸਟਾਫ ਰੱਖਿਆ ਮੈਂ ਆ ਕੇ, ਅਤੇ ਮਰੀਜ਼ਾਂ ਨੂੰ ਰੈਗੂਲਰ ਮੈਡੀਸਨ ਮਿਲਣ ਲੱਗੇ। ਖੁਸ਼ੀ ਦੀ ਗੱਲ ਹੈ ਕਿ ਹੁਣ ਅੱਜ ਹਰ ਸਾਲ ਤਕਰੀਬਨ 150-200 ਮਰੀਜ਼ ਜਿਹੜੇ ਇਸ ਹਾਲਤ ਵਿੱਚ ਆਉਂਦੇ ਕਿ ਆਪਣਾ ਨਾਮ ਵੀ ਨਹੀਂ ਦੱਸ ਸਕਦੇ, ਉਹ ਠੀਕ ਹੋ ਕੇ ਜਦੋਂ ਆਪਣਾ ਐਡਰੈਸ ਦੱਸਦੇ ਆ ਤਾਂ ਤਕਰੀਬਨ ਦੇ ਆਰ ਰੀਯੂਨਾਈਟਿਡ ਵਿਦ ਦੇਅਰ ਫੈਮਿਲੀਜ਼। ਤਾਂ ਬੜੀ ਖੁਸ਼ੀ ਹੁੰਦੀ ਹੈ, ਕੋਈ 25 ਸਾਲ ਬਾਅਦ ਘਰ ਜਾ ਰਿਹਾ, ਕੋਈ 12 ਸਾਲ ਬਾਅਦ ਜਾ ਰਿਹਾ, ਅਤੇ ਜੋ ਪਰਿਵਾਰ ਦੀ ਖੁਸ਼ੀ ਹੁੰਦੀ ਹੈ ਉਹ ਦੇਖਣ ਵਾਲੀ ਹੁੰਦੀ ਹੈ। ਕਈ ਪਰਿਵਾਰ ਇਹੋ ਜਿਹੇ ਵੀ ਹੈਗੇ ਜਿਹੜੇ ਐਕਸੈਪਟ ਵੀ ਨਹੀਂ ਕਰਦੇ ਆਪਣੇ ਫੈਮਿਲੀ ਮੈਂਬਰਸ ਨੂੰ। ਅਤੇ ਕਈ ਐਸੇ ਇੱਕ ਐਸਾ ਇਨਸਾਨ ਜਿਹਦੀ ਕਿ ਮੈਂ ਅੱਜ ਜ਼ਿਕਰ ਕਰਨਾ 'ਚ ਆਪਣੀ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਉਹਦੀ ਵਾਈਫ ਜਿਹੜੀ ਸੀ ਉਹ ਤਕਰੀਬਨ 12 ਸਾਲ ਤੋਂ ਘਰੋਂ ਨਿਕਲੀ ਹੋਈ ਸੀ। ਉਹ ਬੱਚਾ ਪੈਦਾ ਹੋਇਆ, ਲੜਕੀ ਪੈਦਾ ਹੋਈ, ਅਤੇ ਉਹ ਸਾਈਕੈਟ੍ਰਿਕ ਹੋ ਗਈ। ਉਸ ਤੋਂ ਬਾਅਦ ਉਹ ਬਾਹਰ ਨਿਕਲ ਗਈ ਘਰ ਤੋਂ। ਉਹਦੇ ਬਾਹਰ ਸੈਕਸ਼ੂਅਲ ਐਕਸਪਲੋਇਟੇਸ਼ਨ ਹੁੰਦੀ ਹੈ ਜਿਹੜੀਆਂ ਸਾਈਕੈਟ੍ਰਿਕ ਵਿਮੈਨ ਹੁੰਦੀਆਂ। ਅਤੇ ਸਾਡੇ ਕੋਲ ਜਦੋਂ ਆਈ ਉਹ ਪ੍ਰੈਗਨੈਂਟ ਸੀ, ਇੱਥੇ ਉਹਦੀ 4 ਸਾਲ ਦੀ ਬੱਚੀ ਵੀ ਸੀ, ਬਹੁਤ ਪਿਆਰੀ ਸੀ। ਉਹਨੇ ਫਿਰ ਆਪਣਾ ਐਡਰੈਸ ਦੱਸਿਆ, ਅਸੀਂ ਉਹਦੇ ਘਰ ਦੇ ਬਾਰੇ ਨੂੰ ਫੋਨ ਕੀਤਾ, ਉਹ ਲੈਣ ਆਇਆ। ਐਂਡ ਹੀ ਐਕਸੈਪਟਿਡ ਵਾਈਫ ਐਂਡ ਚਾਈਲਡ ਬੋਥ। ਤਾਂ ਉਹ ਕਹਿੰਦਾ ਵੀ ਇਹੋ ਜਿਹੀ ਹਾਲਤ, ਜਿਹੋ ਜਿਹੀ ਹਾਲਤ 'ਚ ਨਿਕਲੀ ਸੀ, ਕੁਛ ਵੀ ਹੋ ਸਕਦਾ ਸੀ। ਔਰ ਕਈ ਪੜ੍ਹੇ ਲਿਖੇ ਵੀ ਇਹ ਨਹੀਂ ਟੋਲਰੇਟ ਕਰਦੇ ਆ। ਉਸ ਆਦਮੀ ਨੇ ਮੈਂ ਸੱਚੀ ਮੁੱਚੀ ਦਿਲੋਂ ਰਿਸਪੈਕਟ ਕਰਦੀ ਹਾਂ, ਜਿਹੜੇ ਬੰਦੇ ਨੇ ਆਪਣਾ ਵੱਡਾ ਜਿਗਰਾ ਦਿਖਾਇਆ ਅਤੇ ਬੱਚੀ ਨੂੰ ਵੀ ਲੈ ਗਿਆ। ਅਤੇ ਹਰ 6 ਮਹੀਨਿਆਂ ਬਾਅਦ ਵਾਪਸ ਆਉਂਦਾ, ਡਾਕਟਰ ਨੂੰ ਚੈੱਕ ਕਰਾਉਣ ਆਉਂਦਾ, ਦਵਾਈ ਲੈਣ ਆਉਂਦਾ। ਅਤੇ ਇਹੋ ਜਿਹੇ ਚੰਗੇ ਬੰਦੇ ਵੀ ਹੈਗੇ, ਅਤੇ ਮਾੜੇ ਵੀ ਇਸ ਹਾਲਤ ਹੈਗੇ ਕਿ ਆਪਣੇ ਘਰਦਿਆਂ ਨੂੰ ਐਕਸੈਪਟ ਕਰਨ ਤੋਂ ਜਵਾਬ ਦੇ ਦਿੰਦੇ ਆ ਕਿ ਅਸੀਂ ਨਹੀਂ ਅਸੀਂ ਉਹਨੂੰ ਘਰ ਰੱਖ ਸਕਦੇ, ਵਾਪਸ ਲੈ ਜਾਓ। ਕਈ ਵਾਰੀ ਵਾਪਸ ਲੈ ਕੇ ਆਉਣੇ ਪੈਂਦੇ ਆ ਕਈ ਵਾਰੀ, ਕਈਆਂ ਦੇ ਘਰ ਲੱਭਦੇ ਵੀ ਨਹੀਂ ਹੈਗੇ। ਜਿਹੜੇ ਠੀਕ ਹੋ ਜਾਂਦੇ ਆ ਫਿਰ ਉਹਨਾਂ ਦਾ ਅਸੀਂ ਸੋਚਿਆ ਵੀ ਇਹ ਕੁਛ ਆਰੇ ਰੱਖੋ, ਤਾਂ ਅਸੀਂ ਰੀਹੈਬਲੀਟੇਸ਼ਨ ਸੈਂਟਰ ਸ਼ੁਰੂ ਕੀਤਾ, ਸਿਲਾਈ ਸੈਂਟਰ ਸ਼ੁਰੂ ਕੀਤਾ ਔਰ ਲੇਡੀਜ਼ ਵਾਸਤੇ। ਉਹ ਸਿਲਾਈ ਕਢਾਈ, ਪੱਖੀਆਂ ਬਣਾਉਣੀਆਂ, ਇਸ ਤਰ੍ਹਾਂ ਹੋਰ ਸ਼ੋ ਪੀਸ ਬਣਾਉਣੇ, ਉਹਨਾਂ ਨੂੰ ਬਿਜ਼ੀ ਰੱਖੀਦਾ। ਕਾਫੀ ਕੰਮ ਵੀ ਸਿੱਖ ਗਈਆਂ ਹੈਗੀਆਂ, ਕਈਆਂ ਨੂੰ ਥੋੜ੍ਹਾ ਬਹੁਤਾ ਫਿਰ ਅਸੀਂ ਇਨਸੈਂਟਿਵ ਵੀ ਦੇਣਾ ਸ਼ੁਰੂ ਕਰ ਦਿੰਦੇ। ਜਿਹੜੇ ਕਈ ਮਰੀਜ਼ ਰਾਜੀ ਹੋ ਕੇ ਹੈਲਪ ਕਰਨ ਲੱਗ ਜਾਂਦੇ ਆ, ਸੇਵਾਦਾਰਾਂ ਦੇ ਨਾਲ ਮਦਦ ਕਰਾਉਣ ਲੱਗ ਜਾਂਦੇ ਆ, ਉਹਨਾਂ ਨੂੰ ਵੀ ਥੋੜ੍ਹਾ ਥੋੜ੍ਹਾ ਇਨਸੈਂਟਿਵ ਦੇ ਦਿੰਦੇ ਹਾਂ। ਅਤੇ ਇਸ ਤਰ੍ਹਾਂ ਖੁਸ਼ੀ ਖੁਸ਼ੀ ਫਿਰ ਕੰਮ ਕਰਦੇ ਆ ਪਿੰਗਲਵਾੜਾ ਸੰਸਥਾ ਦੇ ਵਿੱਚ। ਭਗਤ ਪੂਰਨ ਸਿੰਘ ਜੀ ਦੇ ਸਮੇਂ ਵੱਖਰੇ ਚੈਲੇਂਜਸ ਹੈਗੇ ਸੀ ਤੁਹਾਡੇ, ਭਗਤ ਪੂਰਨ ਸਿੰਘ ਜੀ ਦੇ ਸਮੇਂ ਵੱਖਰੇ ਕਿਸਮ ਦੇ ਚੈਲੇਂਜਸ ਉਹ ਫੇਸ ਕਰਦੇ ਹੁੰਦੇ ਸੀ। ਅੱਜ ਕਿਉਂਕਿ ਤੁਸੀਂ ਐਟ ਦ ਹੈਲਮ ਆਫ ਅਫੇਅਰਸ ਲੰਬੇ ਸਮੇਂ ਤੋਂ ਹੋ ਰਹੇ ਹੈਗੇ, ਤੁਹਾਡੇ ਹਿਸਾਬ ਨਾਲ ਤੁਸੀਂ ਕਿਹੜੇ ਚੈਲੇਂਜਸ 'ਚੋਂ ਅੱਜ ਕ੍ਰੋਸ ਕਰ ਰਹੇ ਹੋ? ਚੈਲੇਂਜਸ ਬਹੁਤੇ ਨਹੀਂ ਹੈਗੇ, ਜਿਹੜੇ ਹੈਗੇ ਵੀ ਉਹ ਮੈਨੂੰ ਵੱਡੇ ਨਹੀਂ ਲੱਗਦੇ, ਕਿਉਂਕਿ ਭਗਤ ਪੂਰਨ ਸਿੰਘ ਜੀ ਦਾ ਪਿਆਰ ਅਤੇ ਸਤਿਕਾਰ ਇੰਨਾ ਜ਼ਿਆਦਾ ਹੈ ਮੇਰੇ ਦਿਲ ਵਿੱਚ, ਇੰਨਾ ਪਿਆਰ ਦਿੱਤਾ ਉਹਨਾਂ ਨੇ ਕਿ ਉਸ ਪਿਆਰ ਦੇ ਬਦਲੇ ਆਦਮੀ ਕੁਛ ਵੀ ਕਰਨ ਨੂੰ ਤਿਆਰ ਹੁੰਦਾ। ਚੈਲੇਂਜਸ ਆਉਂਦੇ ਆ ਹੁਣ ਭਗਤ ਜੀ ਵੇਲੇ, ਇਹ ਪ੍ਰੋਬਲਮ ਸੀ ਕਿ ਇਹੋ ਜਿਹੇ ਮਰੀਜ਼ਾਂ ਨੂੰ ਸਾਂਭਣ ਵਾਸਤੇ ਸੇਵਾਦਾਰੀ ਨਹੀਂ ਸੀ ਮਿਲਦੀ, ਬਿਲਕੁਲ ਹੀ ਨਹੀਂ ਸੀ ਮਿਲਦੇ। ਭਗਤ ਜੀ, ਮੈਂ ਇੱਕ ਪੁਰਾਣੇ ਸੇਵਾਦਾਰ ਨਾਲ ਇੱਕ ਵਾਰੀ ਗੱਲ ਕੀਤੀ ਕਿ ਤੁਸੀਂ ਕਿਵੇਂ ਪਿੰਗਲਵਾੜਾ ਸ਼ੁਰੂ ਕੀਤਾ।
ਨਾ ਕੋਈ ਫੈਸਿਲਿਟੀ ਸੀ ਨਾ ਕੋਈ ਜਗ੍ਹਾ ਸੀ ਪ੍ਰੋਪਰ ਅਤੇ ਮਰੀਜ਼ ਗੰਦੇ ਤੋਂ ਗੰਦੇ ਆਉਂਦੇ ਸੀਗੇ ਜਿਹਨਾਂ ਜੂਆਂ ਪਈਆਂ ਕਰੋੜਾ ਜੂਆਂ ਵਾਲੇ ਜ਼ਖਮਾਂ 'ਚ ਕੀੜੇ ਪਏ ਹੋਏ ਬਨੀਰੀਅਲ ਡਿਜ਼ੀਜ਼ ਵਾਲੇ ਤਾਂ ਹਰ ਬੰਦਾ ਉਹਨੂੰ ਸਾਂਭਣ ਨੂੰ ਤਿਆਰ ਨਹੀਂ ਹੋ ਸਕਦਾ ਸੀ ਤਾਂ ਉਹਨੇ ਮੈਨੂੰ ਦੱਸਿਆ ਕਿ ਨੱਥਾ ਸਿੰਘ ਸੀ ਹੁਣ ਤਾਂ ਚੜ੍ਹਾਈ ਕਰ ਗਏ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਥੋੜ੍ਹੇ ਦਿਨਾਂ ਬਾਅਦ ਭਗਤ ਜੀ ਨੂੰ ਕਹਿ ਦੇਣਾ ਵੀ ਸਾਡੇ ਤੋਂ ਨਹੀਂ ਇਹ ਗੰਦਾ ਕੰਮ ਹੁੰਦਾ ਅਤੇ ਉਹਨਾਂ ਨੇ ਫਿਰ ਥੋੜ੍ਹੇ ਪੈਸੇ ਸਾਨੂੰ ਦੇ ਦੇਣੇ ਅਸੀਂ ਫਿਰ ਰੁਕ ਜਾਣਾ ਫਿਰ ਅਸੀਂ ਹਫ਼ਤਾ 10 ਦਿਨ ਬਾਅਦ ਫਿਰ ਕਹਿ ਦੇਣਾ ਉਹਨਾਂ ਨੂੰ ਆਦਤ ਪੈ ਗਈ ਕਿ ਇਸੇ ਤਰ੍ਹਾਂ ਹੀ ਕੰਮ ਮਤਲਬ ਪੈਸੇ ਲੈ ਕੇ ਹੀ ਅਸੀਂ ਇਸ ਤਰ੍ਹਾਂ ਹੀ ਭਗਤ ਜੀ ਕੋਲੋਂ ਪੈਸੇ ਲੈ ਸਕਦੇ ਹਾਂ ਅਤੇ ਭਗਤ ਜੀ ਨੂੰ ਇਹ ਸਮਝ ਆਈ ਵੀ ਇਸੇ ਤਰ੍ਹਾਂ ਹੀ ਪਿੰਗਲਾ ਦਾ ਕੰਮ ਚੱਲੂਗਾ ਹੋਰ ਕੋਈ ਤਰੀਕਾ ਨਹੀਂ ਹੈਗਾ ਪਰ ਹੁਣ ਹਾਲਾਤ ਫਰਕ ਹੈਗੇ ਆ ਹੁਣ ਹਾਲਾਤ ਬਹੁਤ ਫਰਕ ਹੋ ਗਏ ਹੁਣ ਸਾਡੇ ਕੋਲ ਫੈਸਿਲਿਟੀ ਹੈ ਦਾਨੀਆਂ ਦੀ ਬਹੁਤ ਮਿਹਰ ਹੈ ਸੱਚੇ ਪਾਤਸ਼ਾਹ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਕੰਪੈਸ਼ਨ ਭਰਿਆ ਦਿਆਵਾਨ ਨੇ ਲੋਕ ਬਹੁਤ ਪਿਆਰ ਕਰਦੇ ਆ ਸੰਸਥਾ ਨੂੰ ਪੈਸੇ ਦੀ ਸਾਨੂੰ ਕੋਈ ਕਮੀ ਨਹੀਂ ਆਈ ਜਦੋਂ ਵੀ ਕੋਈ ਨਵਾਂ ਪ੍ਰੋਜੈਕਟ ਮੈਂ ਸ਼ੁਰੂ ਕਰਦੇ ਹਾਂ ਸੰਗਤਾਂ ਨੂੰ ਬੇਨਤੀ ਕਰ ਦਿੰਦੀ ਹਾਂ ਬਰਾਵਟੀਆਂ ਕੇਂਦਰ ਸ਼ੁਰੂ ਕੀਤਾ ਤਾਂ ਫਿਰ ਸੰਗਤਾਂ ਨੂੰ ਬੇਨਤੀ ਕੀਤੀ ਹੁਣ ਮੈਨੀਟੋਬਾ ਤੋਂ ਪ੍ਰੀਮੀਅਰ ਆਏ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਅਜੇ ਅਸੀਂ ਸਿੰਪਲ ਜੇ ਮਕੈਨੀਕਲ ਆਰਟੀਫਿਸ਼ਲ ਲਿੰਬਸ ਲਾਉਣੇ ਆ ਅਤੇ ਜੇ ਸਾਨੂੰ ਟੈਕਨੀਕਲ ਹੈਲਪ ਮਿਲ ਜਾਏ ਅਤੇ ਧਿਆਨ ਵੀ ਜ਼ਿਆਦਾ ਤਾਂ ਅਸੀਂ ਇਲੈਕਟ੍ਰੋਨਿਕ ਲਾ ਦਈਏ ਅਤੇ ਹੋਰ ਵਧੀਆ ਤਰੀਕੇ ਨਾਲ ਜਿਹੜੇ ਲੋਕ ਨੇ ਜਿਹੜੇ ਜਿਹਨਾਂ ਦੀ ਐਂਪੂਟੇਸ਼ਨ ਹੋ ਜਾਂਦੀ ਹੈ ਲਿੰਬਸ ਦੀ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹਾਂ ਤਾਂ ਹਰ ਸੁਪਨਾ ਜਿਹੜਾ ਮੇਰਾ ਹੁੰਦਾ ਮੈਂ ਉਹ ਕਿਸੇ ਨਾ ਕਿਸੇ ਅੱਗੇ ਜ਼ਿਕਰ ਕਰ ਦਿੰਦੀ ਹਾਂ ਪਤਾ ਨਹੀਂ ਰੱਬ ਨੂੰ ਵੀ ਨਾਲ ਹੀ ਸੁਣ ਜਾਂਦਾ ਉਹ ਫਿਰ ਕੋਈ ਨਾ ਕੋਈ ਰਾਹ ਲੱਭ ਜਾਂਦਾ ਇੱਕ ਫਿਲਮ ਦੇਖੀ ਸੀ ਉਹਦੇ 'ਚ ਦੇਖਿਆ ਆਰਟੀਫਿਸ਼ਲ ਲਿੰਬਸ ਲਗਾ ਕੇ ਲੋਕ ਇੰਨਾ ਕੰਮ ਕਰਦੇ ਆ ਉਦੋਂ 'ਤੇ ਮੇਰੇ ਮਨ ਵਿੱਚ ਆਇਆ ਵੀ ਅਸੀਂ ਇਹ ਜ਼ਰੂਰ ਸੈਂਟਰ ਸ਼ੁਰੂ ਕਰਨਾ ਪਿੰਗਲਾ ਸੰਸਥਾ 'ਚ ਫਿਰ ਸਾਡੇ ਕੋਲ ਡੈਫ ਬੱਚੇ ਸੀਗੇ ਡੈਫ ਬੱਚਿਆਂ ਵਾਸਤੇ ਸਕੂਲ ਜ਼ਰੂਰੀ ਸੀਗਾ ਅਤੇ ਫਿਰ ਅਸੀਂ ਡੈਫ ਬੱਚਿਆਂ ਦਾ ਸਕੂਲ ਸ਼ੁਰੂ ਕਰਤਾ ਅਤੇ ਬਾਹਰੋਂ ਵੀ ਫਿਰ ਅਸੀਂ ਡੈਫ ਬੱਚੇ ਸ਼ੁਰੂ ਦਾਖਲ ਕਰਨੇ ਸ਼ੁਰੂ ਕਰ ਦਿੱਤੇ ਇੱਥੇ ਸਾਡੇ ਮੈਂਬਰ ਜਿਹੜੇ ਜਗਦੀਪਕ ਨੇ ਉਹ ENT ਦੇ ਪ੍ਰੋਫੈਸਰ ਨੇ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਵੀ ਚਾਅ ਆਇਆ ਉਹਨਾਂ ਨੇ ਫਿਰ ਕੰਟੀਨਿਊ ਮੈਡੀਕਲ ਐਜੂਕੇਸ਼ਨ 'ਤੇ ਕਾਨਫਰੰਸ ਕੀਤੀ ਪਿੰਗਲਾ ਸੰਸਥਾ 'ਚ ਤਕਰੀਬਨ 200 ਡਾਕਟਰਸ ਨੇ ਪਾਰਟੀਸਪੇਟ ਕੀਤਾ ਇੱਥੇ ਉਦੋਂ ਪਤਾ ਲੱਗਿਆ ਵੀ ਡੈਫਨੈਸ ਦਾ ਇੱਕ ਇਲਾਜ ਹੈ ਕਿ ਕੋਕਲੀਅਰ ਇੰਪਲਾਂਟ ਇੱਕ ਓਪਰੇਸ਼ਨ ਹੁੰਦਾ ਇੰਪਲਾਂਟ ਬਾਹਰੋਂ ਲਿਆ ਕੇ ਫਿੱਟ ਕੀਤਾ ਜਾਂਦਾ ਸਕੈਲਪ ਦੇ ਵਿੱਚ ਅਤੇ ਜਿਹੜਾ ਡੈਫ ਬੱਚਾ ਉਹ ਸੁਣ ਸਕਦਾ ਡਾਕਟਰ ਜੇ.ਐਮ. ਹਾਂਸ ਸੀਗੇ ਉਹ ਵੀ ਆਏ ਸੀਗੇ ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਤੁਸੀਂ ਕਿਉਂ ਨਹੀਂ ਆਨਰੇਰੀ ਸਰਜਨ ਬਣ ਜਾਂਦੇ ਪਿੰਗਲਵਾੜੇ ਤੋਂ ਅਸੀਂ ਸਾਡੇ ਓਪਰੇਸ਼ਨ ਕਰ ਦਿਆ ਕਰੋ ਇਹ ਨੈਵਰ ਥਾਟ ਕੇ ਵੀ ਅਸੀਂ ਕਰ ਲਵਾਂਗੇ ਪਰ ਅਸੀਂ ਇੱਕ ਸਾਲ ਦੇ ਵਿੱਚ ਓਪਰੇਸ਼ਨ ਥੀਏਟਰ ਵੀ ਬਣਾ ਦਿੱਤਾ ਸਾਰੇ ਇਕੁਪਮੈਂਟ ਵੀ ਖਰੀਦ ਲਈ ਆ ਲੇਕਿਨ ਕਿਉਂਕਿ ਮਾਈਕਰੋ ਸਰਜਰੀ ਹੈ ਮਾਈਕਰੋਸਕੋਪ ਵੀ ਬੜਾ ਮਹਿੰਗਾ ਸੀਗਾ ਪਰ ਅਸੀਂ ਵਿਦ ਇਨ 1 ਈਅਰ ਅਸੀਂ ਸਾਰਾ ਕੁਛ ਤਿਆਰ ਕਰਕੇ ਬੱਚੇ ਤਿਆਰ ਕਰਕੇ ਉਹਨਾਂ ਨੂੰ ਭੇਜਤਾ ਵੀ ਇਹ ਸਾਡੇ ਬੱਚੇ ਨੇ ਕਿਹੜੇ ਟੈਸਟ ਕਰਾਉਣੇ ਸਾਰੇ ਟੈਸਟ ਵਗੈਰਾ ਕਰਾ ਕੇ 2 ਸਾਲ ਪਹਿਲਾਂ ਅਸੀਂ 2 ਬੱਚਿਆਂ ਦੇ ਉੱਤੇ ਕੋਕਲੀਅਰ ਇੰਪਲਾਂਟ ਕੀਤਾ ਫਿਰ ਮੇਰਾ ਦਿਲ ਸੀਗਾ ਮੈਂ ਲੋਕਾਂ ਨੂੰ ਬੜਾ ਪ੍ਰਚਾਰ ਕੀਤਾ ਵੀ ਕੋਈ ਪੈਸੇ ਇਹਦੇ ਲਈ ਦਿਓ ਇੱਕ ਬੀਬੀ ਨੇ ਹੋਰ 5.5 ਲੱਖ ਰੁਪਇਆ ਭੇਜਿਆ ਹੋਇਆ ਸੀ ਵੀ ਮਨ 'ਤੇ ਬੋਝ ਸੀ ਵੀ ਇਹ ਕਿਤੇ ਨਾ ਕਿਤੇ ਲੱਗਣਾ ਚਾਹੀਦਾ ਹੈਗਾ ਐਤਕੀ ਅਸੀਂ ਫਿਰ 2 ਦਾ ਕਰਨਾ ਸੀ ਪਰ ਇੱਕ ਬੱਚੇ ਨੂੰ ਬੁਖਾਰ ਹੋ ਗਿਆ ਫਿਰ ਅਸੀਂ 1 ਦਾ ਹੀ ਓਪਰੇਸ਼ਨ ਕਰ ਸਕੇ ਔਰ ਜਿਹੜੇ 2-250 ਡਾਕਟਰ ਆਏ ਕਾਨਫਰੰਸ ਦੇ ਵਿੱਚ ਸਾਰੇ ਪਿੰਗਲਵਾੜੇ ਨਾਲ ਜੁੜ ਗਏ ਮਨ ਕਰਕੇ ਕਿਤੇ ਵੀ ਇੰਨੀ ਕਾਨਫਰੰਸ ਸਕਸੈਸਫੁਲ ਨਹੀਂ ਹੁੰਦੀ ਮੈਡੀਕਲ ਕਾਲਜਿਸ ਵਿੱਚ ਜਿਹੜੇ ਕਿ ਸਬਜੈਕਟ ਹੈ ਮੈਡੀਕਲ ਕਾਲਜਿਸ ਦਾ ਅਤੇ ਓਪਰੇਸ਼ਨ ਜਿਹੜਾ ਇਹ ਮੈਡੀਕਲ ਕਾਲਜਿਸ ਵਿੱਚ ਵੀ ਨਹੀਂ ਹੁੰਦੇ PGI 'ਚ ਆਈ ਵਿੱਚ ਹੁੰਦੇ ਆ ਤਾਂ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਹੈਪੀਐਸਟ ਡੇ ਸੀ ਕਿ ਪਿੰਗਲਾ ਸੰਸਥਾ 'ਚ ਉਹ ਓਪਰੇਸ਼ਨ ਹੋਇਆ ਜਿਹੜਾ PGI 'ਚ ਹੋ ਸਕਦਾ ਸੋ ਇਸ ਤਰ੍ਹਾਂ ਪਿੰਗਲਾ ਸੰਸਥਾ ਜਿਹੜੇ ਨਵੇਂ ਕਾਰਜ ਅਸੀਂ ਸ਼ੁਰੂ ਕੀਤੇ ਫਿਰ ਤਾਂ ਸਾਨੂੰ ਪਤਾ ਲੱਗਾ ਕਿਉਂਕਿ ਮੰਦ ਬੁੱਧੀ ਜਿਹੜੇ ਸਪੈਸ਼ਲ ਬੱਚੇ ਨੇ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਦਿਨੋਂ ਦਿਨ ਪਿੰਗਲਾ ਸੰਸਥਾ 'ਚ ਵੀ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਤਕਰੀਬਨ 200 ਦੇ ਕਰੀਬ ਹੋਣਗੇ 200-250 ਜ਼ਿਆਦਾ ਹੀ ਹੋਣਗੇ ਕੁਛ ਅਡਲਟ ਨੇ ਕੁਛ ਬੱਚੇ ਨੇ 100 ਤੋਂ ਉੱਪਰ ਤਾਂ ਸਾਡੇ ਸਕੂਲ 'ਚ ਹੀ ਨੇ ਬੱਚੇ ਫਿਰ ਵਾਰਡ ਵਿੱਚ ਵੀ ਰਹਿ ਜਾਂਦੇ ਆ ਤਕਰੀਬਨ 400-500 ਸਾਡੇ ਕੋਲ ਸਪੈਸ਼ਲ ਅਡਲਟ ਅਤੇ ਸਾਰਾ ਮਿਲਾ ਕੇ ਹੋਏਗਾ ਫਿਰ ਸੋਚਿਆ ਵੀ ਇੰਨੀ ਜ਼ਿਆਦਾ ਕਿਉਂ ਗਿਣਤੀ ਵੱਧ ਰਹੀ ਹੈ ਇਹਦਾ ਇੱਕ ਕਾਰਨ ਹੋਣਾ ਚਾਹੀਦਾ ਤਾਂ ਡਿਸੇਬਿਲਟੀ ਦੇ ਉੱਤੇ ਸੈਮੀਨਾਰ ਹੋਇਆ ਯੂਨੀਵਰਸਿਟੀ 'ਚ ਉੱਥੋਂ ਸਾਡੇ ਕੁਛ ਲੋਕਾਂ ਨਾਲ ਕੰਟੈਕਟ ਹੋਏ ਅਤੇ ਅਸੀਂ ਡਿਸੇਬਿਲਟੀ ਦੇ ਸੈਮੀਨਾਰ ਕੀਤਾ ਪਿੰਗਲਵਾੜੇ 'ਚ ਇੱਥੇ ਅਮਿੰਦਰ ਤੱਤ ਹੈਗੇ ਜਿਹੜੇ ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਹੋਏ ਆ ਉਹ ਆ ਗਏ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਮੈਂ ਉਹਨਾਂ ਨੂੰ ਇਨਵਾਈਟ ਕਰ ਲਿਆ ਤਾਂ ਉਹ ਪਹਿਲਾਂ ਤਾਂ ਕਹਿੰਦੇ ਮੈਂ ਕੀ ਬੋਲਾਂਗਾ ਡਿਸੇਬਿਲਟੀ ਫਿਰ ਉਹਨਾਂ ਦੇ ਮੂੰਹ 'ਚੋਂ ਨਿਕਲ ਗਿਆ ਕਿ ਡਿਸੇਬਿਲਟੀ ਦਾ ਜਿਹੜਾ ਮੇਨ ਕਾਰਨ ਹੈ ਦਿਸ ਇਜ਼ ਪੈਸਟੀਸਾਈਡ ਕੀਟਨਾਸ਼ਕ ਦਵਾਈਆਂ ਅਤੇ ਨਦੀਨਨਾਸ਼ਕ ਦਵਾਈਆਂ ਉੱਥੋਂ ਇਹ ਗੱਲ ਹੋਈ ਵੀ ਫਿਰ ਇਹਦਾ ਪ੍ਰਬੰਧ ਕੀ ਹੋ ਸਕਦਾ ਫਿਰ ਉਹ ਸੁਭਾਸ਼ ਪਾਲੇਕਰ ਜੀ ਨੂੰ ਲੈ ਕੇ ਆਏ ਫਿਰ ਅਸੀਂ ਇੱਥੇ ਵਰਕਸ਼ਾਪ ਕੀਤੀ ਉਹਨਾਂ ਨੇ ਨਵਾਂ ਢੰਗ ਇਜ਼ਾਦ ਕੀਤਾ ਸੀਗਾ ਵਿਦਾਊਟ ਪੈਸਟੀਸਾਈਡ ਅਤੇ ਮਤਲਬ ਉਹਦਾ ਨਾਮ ਹੈ 0 ਬਜਟ ਕੁਦਰਤੀ ਖੇਤੀ ਫਿਰ ਕੁਦਰਤੀ ਅਸੀਂ ਜਗ੍ਹਾ ਲਈ ਸੀ ਇਸ 32 ਏਕੜ ਇੱਥੇ ਅਜੇ ਅਸੀਂ ਸਾਡੇ ਕੋਲ ਪਲੈਨਿੰਗ ਨਹੀਂ ਸੀ ਇੱਥੇ ਕੀ ਕਰਨਾ ਜਦੋਂ ਅਸੀਂ ਉਹ ਵਰਕਸ਼ਾਪ ਅਟੈਂਡ ਕੀਤੀ ਅਤੇ ਮੰਦ ਬੁੱਧੀ ਬੱਚਿਆਂ ਦੀ ਗਿਣਤੀ ਵੱਧਦੀ ਵੇਖੀ ਕਿਸਾਨ ਜਿਹੜੇ ਨੇ ਖੁਦਕੁਸ਼ੀਆਂ ਇੰਨੀਆਂ ਕਰ ਰਹੇ ਸੀ ਕਿਉਂਕਿ ਜਿਹੜੀ ਰਸਾਇਣਕ ਖੇਤੀ ਉਹ ਮਹਿੰਗੀ ਬੜੀ ਪੈਂਦੀ ਹੈ ਇਸ ਕਰਕੇ ਅਸੀਂ ਇਹ ਸੋਚਿਆ ਵੀ ਇੱਥੇ ਅਸੀਂ ਕੁਦਰਤੀ ਖੇਤੀ ਕਿਉਂ ਨਾ ਸ਼ੁਰੂ ਕਰੀਏ
ਇੱਕ ਮਾਡਲ ਫਾਰਮ ਬਣ ਜਾਏਗਾ ਕਿਉਂਕਿ ਭਗਤ ਜੀ ਨੇ 60 ਸਾਲ ਪਹਿਲਾਂ ਇਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਸੀ ਧਰਤੀ ਮਾਂ ਨੂੰ ਭੁੱਖਿਆ ਨਾ ਮਾਰੋ ਇਹਦੇ 'ਚ ਜੋ ਪੈਦਾ ਮਤਲਬ ਪੈਦਾ ਹੁੰਦਾ ਕਿਸੇ ਨਾ ਕਿਸੇ ਸ਼ਕਲ 'ਚ ਦੁਬਾਰਾ ਉੱਥੇ ਪਹੁੰਚਣਾ ਚਾਹੀਦਾ ਕਾਓ ਡੰਗ 'ਚ ਹਿਊਮਨ ਐਕਸਕ੍ਰੀਟਾ ਦੇ ਰੂਪ ਵਿੱਚ ਅਤੇ ਇਸ ਕਰੀ ਜ਼ਰੂਰੀ ਹੈ ਧਰਤੀ ਦੀ ਫਰਟੀਲਿਟੀ ਨੂੰ ਕਾਇਮ ਰੱਖਣ ਵਾਸਤੇ ਪਰ ਸਾਨੂੰ ਜੇ ਇੰਪਰੂਵਡ ਮੈਥਡ ਮਿਲ ਗਿਆ ਉਹ ਅਤੇ ਅਸੀਂ ਸੋਚਿਆ ਵੀ ਭਗਤ ਦੀ ਥਿਊਰੀ ਤਾਂ ਬਥੇਰੀ ਲੋਕਾਂ ਨੂੰ ਸੁਣਾਉਂਦੇ ਰਹੇ ਲੋਕਾਂ ਨੇ ਪਰਵਾਹ ਨਹੀਂ ਕੀਤੀ ਜੇ ਅਸੀਂ ਪ੍ਰੈਕਟੀਕਲ ਕਰਕੇ ਦਿਖਾਈਏ ਮਾਡਲ ਫਾਰਮ ਬਣਾਈਏ ਤਾਂ ਲੋਕ ਪ੍ਰੈਕਟੀਕਲ ਦੇਖ ਕੇ ਸ਼ਾਇਦ ਮੰਨ ਜਾਣ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਓਬਾਮਾ ਨੇ ਤਾਂ ਆਉਣਾ ਹੀ ਸੀ ਹੋਰ ਵੀ ਜਿਹੜੇ ਦੇਸ਼ਾਂ ਤੋਂ ਲੋਕ ਬਾਹਰਲੇ ਦੇਸ਼ਾਂ ਤੋਂ ਆਪਣੇ ਦੇਸ਼ ਤੋਂ ਬਹੁਤ ਸਾਰੇ ਕਿਸਾਨ ਰੋਜ਼ ਵਿਜ਼ਿਟ ਕਰਦੇ ਆ ਸਾਡੇ ਐਕਸਪੈਕਟੇਸ਼ਨ ਤੋਂ ਵੱਧ ਯੀਲਡ ਨਿਕਲੀ ਜਿਹੜੀ ਰਸਾਇਣਿਕ ਖੇਤੀ ਦੀ ਯੀਲਡ ਨਾਲੋਂ ਵੀ ਕਈਆਂ ਚੀਜ਼ਾਂ 'ਚ ਸਾਡੀ ਜਿਹੜੀ ਯੀਲਡ ਸੀ ਵੱਧ ਸੀ ਕਿਉਂਕਿ ਕਿਸਾਨ ਯੀਲਡ ਨੂੰ ਕਰਦਾ ਇਹ ਨਹੀਂ ਕਹਿੰਦਾ ਵੀ ਇਹ ਖਰਚ ਦੇਖਦਾ ਹੀ ਨਹੀਂ ਭੋਲੇ ਨੇ ਕਿਸਾਨ ਐਡੇ ਜ਼ਿਆਦਾ ਇਹ ਸਾਡੇ ਵਾਸਤੇ ਬਹੁਤ ਵੱਡੀ ਅਚੀਵਮੈਂਟ ਸੀਗੀ ਜ਼ੀਰੋ ਬਜਟ ਕੁਦਰਤੀ ਖੇਤੀ ਸੋ ਇਹ ਸਾਰੀ ਇਨੋਵੇਸ਼ਨਸ ਨਾਲ ਜਿੱਥੇ ਫਾਸਟ ਪੇਸਡ ਅੱਜ ਐਡਵਾਂਸਮੈਂਟ ਹੋ ਰਹੀ ਹੈ ਉਸਨੂੰ ਮੁੱਖ ਰੱਖਦੇ ਹੋਏ ਨਾਲ ਜਿਹੜੇ ਬੇਸਿਕ ਸਿਧਾਂਤ ਸਨ ਭਗਤ ਜੀ ਦੇ ਉਹਨਾਂ ਨੂੰ ਕਾਇਮ ਰੱਖਿਆ ਜਾ ਰਿਹਾ ਪੂਰੀ ਪੂਰੀ ਕੋਸ਼ਿਸ਼ ਕਰਦੇ ਹਾਂ ਜਿਵੇਂ ਅਸੀਂ ਇਹ ਪੁਰਾਣੇ ਤਰੀਕੇ ਦੀ ਪ੍ਰੈਸ ਲਗਾਈ ਹੋਈ ਹੈ ਇੱਥੇ ਬੜੀ ਵਾਰੀ ਗੱਲ ਆਉਂਦੀ ਹੈ ਵੀ ਤੁਸੀਂ ਹੁਣ ਦੂਜੀ ਵੀ ਲਾ ਲਓ ਪ੍ਰੈਸ ਲਗਾ ਲਓ ਉਹਦੇ 'ਚ ਘੱਟ ਲੇਬਰ ਲੱਗਦੀ ਹੈ ਪਰ ਭਗਤ ਜੀ ਦੀ ਇਹ ਸੀ ਵੀ ਉਹ ਸਮਾਲ ਸਕੇਲ ਇੰਡਸਟਰੀਜ਼ ਹੀ ਜਿਹੜੀਆਂ ਨੇ ਇਸਤੇਮਾਲ ਕਰਨੀਆਂ ਚਾਹੀਦੀਆਂ ਤਾਂ ਕਿ ਬਹੁਤੇ ਲੋਕਾਂ ਨੂੰ ਇੰਪਲਾਇਮੈਂਟ ਮਿਲੇ ਤਾਂ ਉਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਅਜੇ ਤੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹੀ ਪ੍ਰੈਸ ਰੱਖੀ ਹੋਈ ਹੈ ਪਰ ਹੁਣ ਹੌਲੀ ਹੌਲੀ ਸਾਨੂੰ ਟਾਈਪਿੰਗ ਨਹੀਂ ਉਹਦਾ ਸਮਾਨ ਨਹੀਂ ਮਿਲਣਾ ਸਾਨੂੰ ਬਦਲਣਾ ਤਾਂ ਪਏਗਾ ਹੀ ਪਰ ਸਾਡੀ ਮਜਬੂਰੀ ਹੋਏਗੀ ਅਸੀਂ ਸਿਧਾਂਤ ਨਹੀਂ ਭਗਤ ਜੀ ਦੇ ਇੱਕ ਸਿਧਾਂਤ ਆ ਜਿਵੇਂ ਹੁਣ ਭਗਤ ਜੀ ਤਾਂ ਗੱਡੀ ਵਰਤਦੇ ਨਹੀਂ ਸੀ ਨਾ ਪੈਟਰੋਲ ਵਰਤਦੇ ਸੀ ਨਾ ਡੀਜ਼ਲ ਦੀ ਗੱਡੀ ਵਰਤਦੇ ਸੀ ਪਰ ਜਿਸ ਤਰ੍ਹਾਂ ਪਿੰਗਲਵਾੜਾ ਐਕਸਪੈਂਡ ਹੋ ਗਿਆ ਉਹਦੀਆਂ ਬ੍ਰਾਂਚਿਸ ਚੰਡੀਗੜ੍ਹ ਕਿਤੇ ਬਣ ਗਈ ਹੈ ਅਤੇ ਨਾਲੇ ਸਿਹਤ ਵੀ ਮੇਰੀ ਭਗਤ ਜੀ ਵਰਗੀ ਨਹੀਂ ਹੈਗੀ ਗੋਡੇ ਦੁਖਣ ਲੱਗ ਗਏ ਆ ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਮਤਲਬ ਜਿਹੜੀਆਂ ਨੇ ਪੈਟਰੋਲ ਡੀਜ਼ਲ ਵਾਲੀਆਂ ਗੱਡੀਆਂ ਵਰਤਦੇ ਹਾਂ ਪਰ ਮਨ 'ਤੇ ਬੋਝ ਪਾ ਕੇ ਸੰਗਰੂਰ ਹੈ ਕੋਈ ਚੰਡੀਗੜ੍ਹ ਹੈ ਕੋਈ ਜਲੰਧਰ ਹੈ ਗੋਇੰਦਵਾਲ ਹੈ ਫਿਰ ਸਕੂਲ ਹੈ ਗੁੱਟਰ ਕਲਾਂ ਸਾਰਿਆਂ 'ਚ ਜਾਣਾ ਵੀ ਬਹੁਤ ਜ਼ਰੂਰੀ ਹੁੰਦਾ ਅਤੇ ਸਾਰੀਆਂ ਮਤਲਬ ਪ੍ਰੋਬਲਮਸ ਬੜੀਆਂ ਵੱਧ ਗਈਆਂ ਹੈਗੀਆਂ ਇਸ ਕਰਕੇ ਐਂਬੂਲੈਂਸਿਸ ਵੀ ਬਹੁਤ ਜ਼ਰੂਰੀ ਹੋ ਗਈਆਂ ਕਿਉਂਕਿ ਨੰਬਰ ਆਫ ਪੇਸ਼ੈਂਟਸ ਆਰ ਇਨਕਰੀਜ਼ਿੰਗ ਬਾਬਾ ਜੀ ਵੇਲੇ 350 ਸੀ ਹੁਣ ਸਾਡੇ ਕੋਲ 1600 ਤੋਂ ਉੱਪਰ ਅਤੇ ਉਹਦਾ ਵੀ ਮੈਂ ਭਗਤ ਜੀ ਨਾਲ ਗੱਲ ਕੀਤੀ ਸੀ ਐਂਬੂਲੈਂਸ ਹਰ ਪਿੰਡ 'ਚ ਵੀ ਹੋਣੀ ਚਾਹੀਦੀ ਹੈ ਹੁਣ ਤਾਂ ਚਲੋ ਪੰਜਾਬ ਸਰਕਾਰ ਨੇ ਵੀ ਕੁਛ 108 ਨੰਬਰ ਸ਼ਹਿਰਾਂ 'ਚ ਲਾਈ ਹੈ ਪਿੰਡਾਂ 'ਚ ਅਜੇ ਵੀ ਕੋਈ ਤਰੀਕਾ ਨਹੀਂ ਹੈਗਾ ਪਿੰਡਾਂ ਵਾਲੇ ਜਦੋਂ ਯੂਥ ਮੇਰੇ ਕੋਲ ਆਉਂਦੇ ਆ ਕੁਛ ਸੋਚਦੇ ਆ ਵੀ ਸੇਵਾ ਕਰਨਾ ਤਾਂ ਉਹਨਾਂ ਨੂੰ ਵੀ ਮੈਂ ਕਹਿੰਦੀ ਹਾਂ ਵੀ ਤੁਸੀਂ ਆਪਣੇ ਪਿੰਡ 'ਚ ਐਂਬੂਲੈਂਸ ਜ਼ਰੂਰ ਰੱਖੋ ਯੂਥ ਕਲੱਬ ਬਣਾ ਕੇ ਤਾਂ ਕੋਈ ਐਮਰਜੈਂਸੀ ਪੇਸ਼ੈਂਟ ਹੋਵੇ ਤਾਂ ਉਹਨੂੰ ਟਾਈਮ ਸਿਰ ਮੈਡੀਕਲ ਹੈਲਪ ਮਿਲ ਜਾਵੇ